ਕੈਨੇਡਾ ਸਟੱਡੀ ਵੀਜ਼ਾ ਦੀ ਗੱਲ ਕਰਾਂਗੇ। ਸੋ ਰੂਲਸ ਅਪਡੇਟ ਹੋਣ ਤੋਂ ਬਾਅਦ ਹੁਣ ਸਪਟੈਂਬਰ ਇਨਟੇਕ ਲਈ ਸਟੂਡੈਂਟ ਫੋਕਸ ਕਰ ਰਹੇ ਨੇ, ਅਤੇ ਹੁਣ ਬਹੁਤ ਹੀ ਜ਼ਰੂਰੀ ਹੋ ਗਿਆ ਕਿ ਤੁਹਾਨੂੰ ਸਾਰੀ ਨਵੀਂ ਚੀਜ਼ਾਂ ਦਾ ਪਤਾ ਹੋਵੇ ਤਾਂ ਕਿ ਅਪਲਾਈ ਕਰਨ ਦੇ ਪ੍ਰੋਸੈਸ ਨੂੰ ਤੁਸੀਂ ਸਮਝੋ ਔਰ ਸਹੀ ਢੰਗ ਨਾਲ ਅਪਲਾਈ ਕਰੋ। ਕਿਹੜੇ ਕਿਹੜੇ ਸਟੂਡੈਂਟਸ ਲਈ ਬੈਸਟ ਟਾਈਮ ਹੈ ਕਿ ਉਹ ਤੁਸੀਂ ਟਾਈਮਲੀ ਅਪਲਾਈ ਕਰ ਸਕੋ, ਔਰ ਸਪਟੈਂਬਰ ਇਨਟੇਕ ਭਾਵੇਂ ਕਿ ਦੂਰ ਦਿਖ ਰਿਹਾ ਪਰ ਅਸੀਂ ਸਾਰੇ ਜਾਣਦੇ ਹਾਂ ਕਿ ਜਿਸ ਤਰੀਕੇ ਨਾਲ ਫਾਈਲਿੰਗ ਹੁੰਦੀ ਹੈ ਕੈਨੇਡਾ ਲਈ, ਰਸ਼ ਹੁੰਦਾ ਜਿਵੇਂ, ਤਾਂ ਉਸਦੇ ਵਿੱਚ ਉਹੀ ਅੱਗੇ ਰਹੇਗਾ ਜਿਹੜਾ ਸਹੀ ਟਾਈਮ 'ਤੇ ਅਪਲਾਈ ਕਰ ਦੇਗਾ। ਸੋ ਬਹੁਤ ਖਾਸ ਗੱਲਾਂ ਨੇ, ਗੌਰ ਨਾਲ ਤੁਸੀਂ ਜ਼ਰੂਰ ਅੱਜ ਦੀ ਵੀਡੀਓ ਸੁਣਨੀ ਹੈ ਅਤੇ ਦੇਖਣੀ ਹੈ। ਸਵਾਗਤ ਹੈ ਤੁਹਾਡਾ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ, ਔਰ ਕੈਨੇਡਾ ਸਟੱਡੀ ਵੀਜ਼ਾ ਨੂੰ ਲੈ ਕੇ ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਮੈਮ, ਅੱਜ ਆਪਾਂ ਕੈਨੇਡਾ ਸਟੱਡੀ ਵੀਜ਼ਾ ਦੀ ਜਦੋਂ ਗੱਲ ਕਰਦੇ ਹਾਂ, ਤੁਹਾਡਾ ਤਕਰੀਬਨ ਤੁਹਾਡੀ ਕੰਪਨੀ ਦਾ 28 ਸਾਲਾਂ ਦਾ ਐਕਸਪੀਰੀਅੰਸ ਹੈ, ਇਹ ਜਿਸ ਤਰ੍ਹਾਂ ਦੇ ਹੁਣ ਚੇਂਜਿਸ ਆ ਰਹੇ ਨੇ ਉਸਨੂੰ ਵੇਖਦਿਆਂ ਹੋਇਆ ਪ੍ਰੋਸੈਸ ਨੂੰ ਕਿਵੇਂ ਸਮਝਣਾ ਚਾਹੀਦਾ ਹੈ, ਚਾਹੇ ਕਿ ਸਪਟੰਬਰ ਇਨਟੇਕ ਲਈ ਸਟੂਡੈਂਟਸ ਨੇ ਅਪਲਾਈ ਕਰਨਾ, ਪਰ ਚੀਜ਼ਾਂ ਹੁਣ ਕਿੱਥੇ ਬਦਲਦੀਆਂ ਨਜ਼ਰ ਆ ਰਹੀਆਂ ਔਰ ਕਿਸ ਥਾਂ 'ਤੇ ਸਟੂਡੈਂਟਸ ਨੂੰ ਹੁਣ ਪੂਰਾ ਫੋਕਸ ਕਰਨਾ ਪਏਗਾ ਔਰ ਇੰਨਾ ਈਜ਼ੀ ਨਹੀਂ ਲੈਣਾ ਚਾਹੀਦਾ ਅਗਰ ਕੈਨੇਡਾ ਸਟੱਡੀ ਵੀਜ਼ਾ ਲਈ ਅਪਲਾਈ ਕਰਨਾ? ਹਰਜੋਤ, ਇਹ ਦੇਖੋ ਕਿ ਜਿਹੜੇ ਵੀ ਬੱਚੇ ਕੋਈ ਵੀ ਕੰਟਰੀ ਜਾਂਦੇ ਸੀਗੇ ਅਤੇ ਵੀਜ਼ਾ ਆਉਂਦਾ ਵੀ ਹੈ ਨਹੀਂ ਵੀ ਆਉਂਦਾ, ਇਹ ਪ੍ਰੋਬੇਬਿਲਟੀ ਹਮੇਸ਼ਾ ਲੈ ਕੇ ਚੱਲਣੀ ਚਾਹੀਦੀ ਹੈ। ਬਟ ਹੋਇਆ ਕਿ ਕੋਵਿਡ ਦੇ ਬਾਅਦ ਮੈਨ ਪਾਵਰ ਸ਼ੋਰਟੇਜ ਸੀਗੀ ਅਤੇ ਹਰ ਕੰਟਰੀ ਨੇ ਵੀਜ਼ਾ ਬਹੁਤ ਜ਼ਿਆਦਾ ਦਿੱਤਾ, ਮਤਲਬ 90% ਤੋਂ ਉੱਪਰ ਹੀ ਹਰ ਕੰਟਰੀ ਦਾ ਵੀਜ਼ਾ ਆਇਆ। ਅਤੇ ਜਦ ਇੱਕਦਮ ਤੋਂ, ਕਿਉਂਕਿ ਉਹਨਾਂ ਨੇ ਕੋਟਾ ਵੀ ਵਧਾ ਦਿੱਤਾ ਸੀਗਾ, ਮੰਨ ਲਓ ਉਹਨਾਂ ਵੀਜ਼ਾ 2.5 ਲੱਖ ਦਿੰਦੇ ਸੀਗੇ ਅਤੇ ਫਿਰ ਇਹਨਾਂ ਨੇ 4 ਲੱਖ ਦੇ ਦਿੱਤਾ, 4.5 ਲੱਖ ਦੇ ਦਿੱਤਾ। ਅਤੇ ਹੁਣ ਤੁਸੀਂ ਦੇਖੋ ਕਿ ਉਹ ਪ੍ਰੀ ਕੋਵਿਡ ਸਿਚੁਏਸ਼ਨ 'ਤੇ ਆ ਗਏ, ਮਤਲਬ ਕੋਵਿਡ ਤੋਂ ਪਹਿਲੇ ਜਿੰਨਾ ਕੁ ਵੀਜ਼ਾ ਦੇ ਰਹੇ ਸੀ ਉਸੇ ਨੰਬਰ 'ਤੇ ਆ ਗਏ ਆ। ਉਹਨਾਂ ਨੇ ਕੋਈ ਰਿਡਿਊਸ ਨਹੀਂ ਕੀਤਾ, ਜਿਹੜੀ ਉਹਨਾਂ ਦੀ ਇੱਕ ਸ਼ੋਰਟੇਜ ਸੀਗੇ, ਜਿਹੜੇ ਬੰਦੇ ਉਹਨਾਂ ਨੇ ਇੰਨੇ ਕੁ ਜ਼ਿਆਦਾ ਲਏ ਅਤੇ ਨੈਚੁਰਲ ਹੈ ਕਿ ਉਹਨਾਂ ਨੂੰ ਐਡਜਸਟ ਵੀ ਕਰਨਾ। ਜਿਹੜੀ ਪਿੱਛੇ ਇੱਕ ਨਿਊਜ਼ ਆਈ ਕੈਨੇਡਾ ਦੇ ਵਾਸਤੇ ਕਿ ਕੰਮ ਨਹੀਂ ਮਿਲ ਰਿਹਾ, ਕੰਮ ਸਾਰਿਆਂ ਨੂੰ ਮਿਲ ਰਿਹਾ, ਕੰਮ ਮਿਲਣ 'ਚ 4 ਤੋਂ 6 ਮਹੀਨੇ ਲੱਗ ਜਾਂਦੇ ਜਦ ਬੱਚਾ ਬਹੁਤ ਜ਼ਿਆਦਾ ਹੋ ਜਾਂਦਾ। ਇਹੀ ਤੁਸੀਂ ਦੇਖਣਾ 1 ਸਾਲ ਦੇ ਬਾਅਦ, ਕਿਉਂਕਿ ਹੁਣ ਵੀਜ਼ਾ ਕੱਟ ਕੀਤੇ ਆ ਅਤੇ ਹੁਣ ਤੁਸੀਂ ਦੇਖੋ ਉੱਧਰ ਸ਼ੋਰਟੇਜ ਹੋ ਜਾਣੀ, ਬੱਚਿਆਂ ਨੂੰ ਕੰਮ ਮਿਲਣਾ ਬਹੁਤ ਸ਼ੁਰੂ ਹੋ ਜਾਣਾ, 4-6 ਮਹੀਨੇ ਦਾ ਟਾਈਮ ਲੱਗਣਾ ਹੀ ਲੱਗਣਾ। ਕਿਉਂਕਿ ਇਹੀ ਸਿਚੁਏਸ਼ਨ ਅਸੀਂ ਆਸਟ੍ਰੇਲੀਆ 'ਚ 2009-10 'ਚ ਦੇਖੀ ਸੀਗੀ, ਔਰ ਅੱਜ ਦੇ ਦਿਨ ਆਸਟ੍ਰੇਲੀਆ ਹਰ ਬੱਚਾ ਜਾਣਾ ਚਾਹ ਰਿਹਾ, ਉਹਨਾਂ ਨੂੰ ਵੀਜ਼ਾ ਮਿਲਣ ਦੀ ਪ੍ਰੋਬਲਮ ਆ ਰਹੀ ਹੈ। ਅਤੇ ਜਿਹੜੇ ਮੈਂ ਅੱਜ ਤੁਹਾਨੂੰ ਦੱਸ ਰਹੀ ਹਾਂ ਕਿ ਕੈਨੇਡਾ ਦੇ ਵਾਸਤੇ ਇਟਸ ਅ ਡ੍ਰੀਮ ਕੰਟਰੀ ਫੋਰ ਯੂ, ਪਰ ਤੁਸੀਂ ਇਹ ਨਾ ਸੋਚੋ ਕੰਮ ਨਹੀਂ ਮਿਲੇਗਾ, 6 ਮਹੀਨੇ ਦੀ ਥੋੜ੍ਹੀ ਜਿਹੀ, ਜਾਂ ਤੁਹਾਡੇ ਕੌਮ ਸਕਿੱਲਸ ਅੱਛੇ ਨਹੀਂ ਹੈ, ਜਾਂ ਤੁਹਾਡੇ 'ਚ ਸਕਿੱਲਸ ਨਹੀਂ ਹੈ ਫਿਰ ਪ੍ਰੋਬਲਮ ਹੈ, ਜਾਂ ਤੁਹਾਡੇ ਕੌਮ ਸਕਿੱਲਸ ਅੱਛੇ ਹੈ ਸਕਿੱਲਸ ਅੱਛੀ ਹੈ ਫਿਰ ਤੁਹਾਨੂੰ ਕੋਈ ਸਟਰਗਲ ਨਹੀਂ ਹੈ, ਤੁਹਾਨੂੰ ਕੰਮ ਹਮੇਸ਼ਾ ਮਿਲੇਗਾ। ਬਟ ਮੇਰਾ ਜਿਹੜਾ ਕੁਸ਼ਚਨ ਤੁਹਾਨੂੰ ਹੈ, ਤੁਸੀਂ ਉੱਥੇ ਕੋਈ ਕੰਮ ਕਰਨ 'ਤੇ ਜਾ ਨਹੀਂ ਰਹੇ, ਤੁਸੀਂ ਪੜ੍ਹਾਈ ਕਰਨ ਜਾ ਰਹੇ ਹੋ, ਪੜ੍ਹਾਈ ਦੇ ਨਾਲ ਕੰਮ ਇਸ ਕਰਕੇ ਕੀਤਾ ਜਾਂਦਾ ਹੈ ਕਿ ਤੁਸੀਂ ਜਿਹੜੇ ਪੈਸੇ ਦੀ ਵੈਲਿਊ ਸਮਝੋ, ਆਪਣੀ ਲਿਵਿੰਗ ਕਾਸਟ ਆਪ ਕੱਢ ਸਕੋ, ਪੇਰੈਂਟਸ ਦੇ ਬਰਡਨ ਲਿਵਿੰਗ ਕਾਸਟ ਦਾ ਨਾ ਦਿਓ, ਔਰ ਪੇਰੈਂਟਸ ਨੂੰ ਵੀ ਥੋੜ੍ਹਾ ਜਿਹਾ ਇਹ ਸਮਝਣਾ ਪਏਗਾ ਕਿ ਫੀਸ ਤਾਂ ਪੇਰੈਂਟਸ ਦੀ ਜ਼ਿੰਮੇਵਾਰੀ ਹੈ, ਉਹਦੇ ਬਾਅਦ ਬੱਚੇ ਨੇ ਸਾਰੀ ਜ਼ਿੰਦਗੀ ਕਮਾਉਣਾ ਹੀ ਕਮਾਉਣਾ ਹੈ। ਨਾਓ ਆਈ ਵਿਲ ਕਮ ਵਿਦ ਅਪਡੇਟ ਕਿ ਜਿਹੜਾ ਇੱਕ ਇਹ ਸੀਗਾ ਕਿ ਅੰਡਰ ਗ੍ਰੈਡ ਸਟੂਡੈਂਟਸ ਦੇ ਵਾਸਤੇ ਜਿਹੜਾ ਹੈ ਚੇਂਜਿਸ ਆਏ ਆ ਅਟੈਸਟੇਸ਼ਨ ਦੇ, ਥੋੜ੍ਹਾ ਜਿਹਾ ਉਹ ਚੇਂਜ ਆ। ਹਰ ਸਟੇਟ ਨੂੰ 31 ਮਾਰਚ ਤੱਕ ਦਾ ਟਾਈਮ ਦਿੱਤਾ ਗਿਆ, ਬਾਕੀ ਕੋਈ ਮੇਜ਼ਰ ਚੇਂਜ ਨਹੀਂ ਹੈ। ਸਪਾਊਸ ਅੰਡਰ ਗ੍ਰੈਡ ਸਟੂਡੈਂਟ ਦਾ ਬੰਦ ਕੀਤਾ, ਪਰ ਉਹ ਵੀ ਕੋਈ ਚੇਂਜ ਨਹੀਂ ਹੈ, ਟੂਰਿਸਟ ਵੀਜ਼ਾ ਉਹਨੂੰ ਲੱਗ ਸਕਦਾ। ਹੁਣ ਮੈਂ ਇੱਕ ਨਵੀਂ ਚੀਜ਼ ਦੱਸੂੰਗੀ ਜਿਹੜੀ ਸ਼ਾਇਦ ਤੁਹਾਨੂੰ ਕਿਸੇ ਨੂੰ ਵੀ ਨਹੀਂ ਪਤਾ ਹੋਏਗੀ ਕਿ ਜੇ ਬੱਚਾ ਸਮਝੋ ਅੰਡਰ ਗ੍ਰੈਡ 'ਚ ਜਾ ਰਿਹਾ, ਲੇਕਿਨ ਉਹਦਾ ਬੱਚਾ ਹੈ ਮੈਰਿਡ ਹੈ, ਬੱਚੇ ਨੂੰ ਡਿਪੈਂਡੈਂਟ, ਮਤਲਬ ਬੱਚੇ ਨੂੰ ਵੀਜ਼ਾ ਮਿਲੇਗਾ, ਪ੍ਰੋਪਰ ਮਿਲੇਗਾ, ਫਰੀ ਐਜੂਕੇਸ਼ਨ ਉੱਥੇ ਲੈ ਸਕਦਾ, ਲੇਕਿਨ ਸਪਾਊਸ ਨੂੰ
ਜਿਹੜਾ ਤੁਹਾਡਾ ਟੂਰਿਸਟ ਵੀਜ਼ਾ ਮਿਲੇਗਾ। ਇੰਨਾ ਕੁ ਚੇਂਜ ਕੀਤਾ, ਖਾਲੀ ਅਟੈਸਟੇਸ਼ਨ ਔਰ ਸਪਾਊਸ ਨੂੰ ਟੂਰਿਸਟ ਵੀਜ਼ਾ, ਲੇਕਿਨ ਬੱਚਾ ਤੁਹਾਡਾ ਤਾਂ ਉਹਨੂੰ ਉਹ ਸਕੂਲਿੰਗ ਐਜੂਕੇਸ਼ਨ ਫਰੀ ਮਿਲੇਗੀ, ਉਹਨੂੰ ਪ੍ਰੋਪਰ ਵੀਜ਼ਾ ਮਿਲੇਗਾ ਜਿਹੜਾ ਪਹਿਲੇ ਮਿਲਦਾ ਸੀਗਾ। ਅਤੇ ਇਹ ਦੇਖੋ ਹੁਣ ਤੁਹਾਡੇ ਵਾਸਤੇ ਜਿਹੜਾ ਕਿੰਨਾ ਅੱਛਾ ਸਿਸਟਮ ਹੋਇਆ ਕਿ ਜਿਹਦੇ ਵਿੱਚ ਫਰੋਡਲੈਂਟ ਐਕਟੀਵਿਟੀਜ਼ ਖਤਮ ਹੋ ਜਾਣ, ਔਰ ਜੇ ਵੀਜ਼ਾ ਥੋੜ੍ਹਾ ਜਿਹਾ ਘੱਟ ਕੀਤਾ, ਇਹਦੇ ਵਿੱਚ ਇਹਨਾਂ ਨੇ ਕੈਪ ਬਣਾਈ ਹੈ ਕਿ ਹਰ ਸਟੇਟ ਦੇ ਨਾਲ ਜਸਟਿਸ ਹੋ ਸਕੇ, ਜਿੱਥੇ ਬੱਚਾ ਆਲਰੇਡੀ ਜ਼ਿਆਦਾ ਉੱਥੇ ਘੱਟ, ਉੱਥੇ 50%, ਜਿਹੜੀ ਸਟੇਟ 'ਚ ਬੱਚਾ ਘੱਟ ਹੈ ਉੱਧਰ ਜ਼ਿਆਦਾ। ਹੁਣ ਮੰਨ ਲਓ ਇਹਨਾਂ ਦੇ ਜਿਹੜੇ 6 ਮੇਨ ਸਿਟੀਜ਼ ਮੰਨ ਲਈਏ, 6 ਮੇਨ ਜਿੱਥੇ ਬੱਚੇ ਜਾਂਦੇ ਆ, ਜਿਹਦੇ ਵਿੱਚ ਵੈਨਕੂਵਰ ਹੋ ਗਿਆ, ਟੋਰੰਟੋ ਹੋ ਗਿਆ, ਅਲਬਰਟਾ, ਬ੍ਰਿਟਿਸ਼ ਕੋਲੰਬੀਆ ਤੁਹਾਡਾ, ਅੰਟਾਰੀਓ, ਦੈਨ ਅਲਬਰਟਾ, ਇੱਦਾਂ ਦੇ ਕਰਕੇ। ਹੁਣ ਤੁਸੀਂ ਦੇਖੋ ਅਲਬਰਟਾ ਦੇ ਵਿੱਚ ਮੈਂ ਜਿਹੜੇ ਕੋਰਸਿਸ ਕੁਛ ਇੱਦਾਂ ਦੇ ਦੱਸੂੰਗੀ, ਇਨਵਾਇਰਨਾਮੈਂਟਲ ਟੈਕਨੀਸ਼ੀਅਨ ਜਿਹੜਾ ਸੈਪਟੈਂਬਰ 'ਚ ਅਵੇਲੇਬਲ ਹੈ, ਸਾਰੇ ਕੋਰਸਿਸ ਕਲੋਜ਼ ਹੋ ਚੁੱਕੇ ਆ, ਉਹ BSc ਐਗਰੀਕਲਚਰ ਵਾਲਾ, BSc ਨੋਨ ਮੈਡੀਕਲ ਵਾਲਾ, BSc ਮੈਡੀਕਲ ਵਾਲਾ, ਕੋਈ ਵੀ ਬੱਚਾ ਉਸ ਕੋਰਸ ਨੂੰ ਲੈ ਸਕਦਾ। 100% ਉਹਨੂੰ ਜੋਬ ਮਿਲਣੀ ਜੋਬ ਗੈਰੰਟਿਡ ਕੋਰਸ ਹੈ। ਕੋਰਸ ਕਰਨ ਦੇ ਬਾਅਦ ਤੁਸੀਂ 6 ਮਹੀਨੇ ਉੱਥੇ ਕੰਮ ਕਰ ਲੈਂਦੇ ਹੋ, ਤੁਹਾਡੀ PR ਹੈ, ਠੀਕ ਹੈ। ਉਹਦੇ ਬਾਅਦ JAN 25 ਦੀ ਸੀਟਾਂ ਓਪਨ ਹੈ, ਉਹਦੇ ਵਿੱਚ ਨਰਸਿੰਗ ਦੇ ਰਿਲੇਟਿਡ, ਬਿਜ਼ਨਸ ਮੈਨੇਜਮੈਂਟ ਦੇ ਰਿਲੇਟਿਡ, ਤੁਹਾਡੇ ਮਾਈਨਸ ਦੇ ਰਿਲੇਟਿਡ, ਪੈਟਰੋਲੀਅਮ ਦੇ ਰਿਲੇਟਿਡ ਲੋਟਸ ਐਂਡ ਲੋਟਸ ਆਫ ਕੋਰਸਿਸ ਅੜਦੇ ਆ। ਬੱਚੇ ਕੈਨੇਡਾ ਦੀ ਸਕੋਲਰਸ਼ਿਪ ਪੁੱਛਦੇ ਸੀ, ਅਮੂਮਨ ਤੌਰ 'ਤੇ ਸਕੋਲਰਸ਼ਿਪ ਨਹੀਂ ਮਿਲਦੀ ਹੈ, ਲੇਕਿਨ ਨਾਰਕਵੈਸਟ ਕੋਲੇਜ ਤੁਹਾਨੂੰ ਸਕੋਲਰਸ਼ਿਪ ਦੇ ਰਿਹਾ, ਤਾਂ ਤੁਸੀਂ ਸਕੋਲਰਸ਼ਿਪ ਵਾਸਤੇ ਵੀ ਅਪਲਾਈ ਕਰ ਸਕਦੇ ਹੋ। ਬਟ ਜੇ ਤੁਸੀਂ ਫੋਕਸ ਕਰੋਗੇ ਕਿ ਇੱਕ ਪਰਟੀਕੁਲਰ ਕੋਰਸ ਲੈ ਕੇ ਜਾਓਗੇ, ਬਿਜ਼ਨਸ ਐਨਾਲਿਟਿਕ ਦੀ ਬਹੁਤ ਜ਼ਿਆਦਾ ਡਿਮਾਂਡ ਹੈ, ਹੈਲਥ ਦੇ ਰਿਲੇਟਿਡ ਕੋਰਸਿਸ ਦੀ ਬਹੁਤ ਜ਼ਿਆਦਾ ਡਿਮਾਂਡ ਹੈ, ਤੁਸੀਂ IT ਦੇ ਕੋਰਸਿਸ ਕਰੋ, ਯੂ ਵਿਲ ਗੈਟ ਐਨੀ ਪੈਕੇਜ, ਹੈ ਨਾ, ਅਤੇ ਉਸ ਤਰ੍ਹਾਂ ਦੇ ਕੋਰਸਿਸ ਕਰੋ। ਬਾਕੀ ਵੀਜ਼ਾ ਦੇ ਵਿੱਚ ਕੋਈ ਇੰਨਾ ਕੋਈ ਚੇਂਜਿਸ ਨਹੀਂ ਆਏ ਹੈ, ਬਲਕਿ ਹੁਣ ਤੁਹਾਨੂੰ ਵੀਜ਼ਾ ਚਾਂਸਿਸ ਜ਼ਿਆਦਾ ਹੋਣਗੇ, ਕਿਉਂਕਿ ਆਲਰੇਡੀ ਉਹਨਾਂ ਨੇ ਬੜਾ ਸਟ੍ਰੀਮਲਾਈਨ ਕਰਤਾ। ਉਹਦੇ ਬਾਅਦ ਮੈਂ ਤੁਹਾਨੂੰ ਇੱਕ ਨਿਊ ਬਰਨਸਵਿਕ 'ਚ ਗੈਰੰਟਿਡ PR ਵਾਲਾ ਪ੍ਰੋਗਰਾਮ ਦੱਸਿਆ ਸੀਗੀ, ਖਾਲੀ 2 ਸਾਲ ਪੜ੍ਹੋਗੇ ਔਰ 3rd year 'ਚ ਉਹਨਾਂ ਦੇ ਰੂਲ ਦੇ ਹਿਸਾਬ ਨਾਲ ਤੁਸੀਂ ਗੈਰੰਟਿਡ PR ਲੈ ਸਕਦੇ ਹੋ। $18,600 ਫੀਸ ਹੈ, $7,000 ਤੁਹਾਨੂੰ ਸਕੋਲਰਸ਼ਿਪ ਮਿਲ ਰਹੀ ਹੈ, $11,600 ਰਹਿ ਜਾਂਦੀ ਹੈ, ਜਿਹੜਾ ਕਿ ਆਲਮੋਸਟ ਫਰੀ ਦੇ ਬਰਾਬਰ ਹੋ ਜਾਂਦਾ। ਦੈਨ ਇਟਸ ਮੋਂਟਰੀਅਲ, ਤੁਹਾਨੂੰ GIC ਬਾਕੀ ਜਗ੍ਹਾ $20,000 ਦੇਣੀ ਪੈ ਰਹੀ ਹੈ, ਮੋਂਟਰੀਅਲ 'ਚ ਖਾਲੀ $15,000 ਦੇਣੀ ਪੈ ਰਹੀ ਹੈ। ਤੁਹਾਡੀ ਪੋਕਿਟ ਨੂੰ ਕੀ ਸੂਟ ਕਰਦਾ ਉਹ ਤੁਸੀਂ ਦੇਖੋ। ਜੇ ਇਹਦੇ ਵਿੱਚ ਜੇ ਮੈਂ ਆਪਣਾ ਐਕਸਪੀਰੀਅੰਸ ਦੱਸਾਂ ਕਿ ਨਿਊ ਬਰਨਸਵਿਕ ਦਾ ਜਿਹੜਾ ਮੈਂ ਦੱਸਿਆ, $20,000 ਤਾਂ ਉਹ ਤੁਹਾਡੀ ਪੋਕਿਟ 'ਚ, ਉਹ ਕਿਸੇ ਕੋਲੇਜ ਨੂੰ ਨਹੀਂ ਦੇ ਰਹੇ, ਕਿਸੇ ਨੂੰ ਨਹੀਂ ਦੇ ਰਹੇ, ਉਹ ਬੈਂਕ ਦੇ ਵਿੱਚ ਰੱਖਿਆ। $11,000 'ਚ ਤੁਹਾਨੂੰ ਖਾਲੀ ਬੈਚੁਲਰ ਡਿਗਰੀ ਮਿਲ ਰਹੀ ਹੈ ਪਰ ਇਨਮ, ਤਾਂ $11,000 ਤਾਂ ਕੋਈ ਵੀ ਕੋਲੇਜ ਤੁਹਾਨੂੰ ਇੰਨੇ ਘੱਟ ਫੀਸ 'ਚ ਗਵਰਮੈਂਟ ਯੂਨੀਵਰਸਿਟੀ ਨਹੀਂ ਦੇ ਸਕਦੀ, ਦੈਟ ਕੈਨ ਬੀ ਪ੍ਰੈਫਰਡ। ਲੇਕਿਨ ਅੱਗੇ ਡਿਪੈਂਡ ਕਰਦਾ ਤੁਹਾਡਾ ਪ੍ਰੋਫਾਈਲ ਕੀ ਹੈ, ਤੁਹਾਡੇ ਬੈਂਡ 6 ਹੈ, 6.5 ਹੈ, ਤੁਹਾਡੀ ਪਰਸੈਂਟੇਜ 60% ਹੈ, 70% ਹੈ, ਉਹਦੇ ਹਿਸਾਬ ਨਾਲ ਅੱਗੇ ਸਿਲੈਕਸ਼ਨ ਆਫ ਯੂਨੀਵਰਸਿਟੀਜ਼ ਹੋਈ। ਜੀ 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 ਬਿਲਕੁਲ। ਸੋ ਦੇਖੋ ਜਿਵੇਂ ਮੈਮ ਨੇ ਸਮਝਾਇਆ ਬਹੁਤ ਹੀ ਵਧੀਆ ਢੰਗ ਨਾਲ ਕਿ ਸਾਨੂੰ ਜੋ ਚੇਂਜਿਸ ਵੀ ਹੋਏ ਆ ਉਸਨੂੰ ਵੀ ਬੜਾ ਪੋਜ਼ਿਟਿਵ ਹੀ ਦੇਖਣਾ ਚਾਹੀਦਾ। ਅਗਰ ਸਟੇਟ ਦੀ ਕੈਪਿੰਗ ਨੂੰ ਲੈ ਕੇ ਮੈਮ ਨੇ ਗੱਲ ਕੀਤੀ ਕਿ 21 ਜਗ੍ਹਾ 'ਤੇ ਸਟੂਡੈਂਟ ਜਾ ਰਿਹਾ ਸੀ, ਉਹ ਕਿਤੇ ਨਾ ਕਿਤੇ ਸਟੂਡੈਂਟਸ ਲਈ ਵੀ ਅੱਗੋਂ ਮੁਸ਼ਕਿਲ ਹੀ ਸੀ ਕਿ ਉੱਥੇ ਰਹਿਣ ਨੂੰ ਪ੍ਰੋਬਲਮ, ਕੰਮ ਨੂੰ ਲੈ ਕੇ ਪ੍ਰੋਬਲਮ, ਕਈ ਤਰ੍ਹਾਂ ਦੀ ਸਟੂਡੈਂਟ ਫੇਸ ਕਰ ਹੀ ਰਹੇ ਸੀ। ਸੋ ਟਾਈਮਲੀ ਸੈਪਟੈਂਬਰ ਇਨਟੇਕ ਲਈ ਅਪਲਾਈ ਕਰਨਾ ਹੈ, ਤਾਂ ਹੋਰ ਡਿਟੇਲ ਵਿੱਚ ਅਗਰ ਕੁਝ ਜਾਣਨਾ ਚਾਹੁੰਦੇ ਹੋ ਤਾਂ ਜਿਹੜਾ ਨੰਬਰ ਡਿਸਪਲੇ ਹੈ ਇਸ ਉੱਪਰ ਕਾਲ ਕਰਕੇ ਤੁਸੀਂ ਨੈਵੀਗੇਟਰਸ ਓਵਰਸੀਜ਼ ਤੋਂ ਪੂਰੀ ਜਾਣਕਾਰੀ ਲੈ ਸਕਦੇ ਹੋ। ਬਹੁਤ ਬਹੁਤ ਥੈਂਕਸ।
ਥੈਂਕਸ ਮੈਮ, ਮੈਂ ਪੂਰੀ ਇਨਫੋਰਮੇਸ਼ਨ ਡਿਟੇਲ ਦੇ ਵਿੱਚ ਬਹੁਤ ਚੰਗੇ ਢੰਗ ਨਾਲ ਤੁਸੀਂ ਸਟੂਡੈਂਟਸ ਨੂੰ ਸਮਝਾਇਆ, ਸਟੂਡੈਂਟਸ ਬਹੁਤ ਚੰਗੇ ਢੰਗ ਨਾਲ ਸਮਝ ਵੀ ਗਏ ਨੇ ਸਾਰੀ ਗੱਲਾਂ ਨੂੰ, ਮੈਨੂੰ ਪੂਰੀ ਉਮੀਦ ਹੈ ਇਸ ਗੱਲ ਦੀ। ਔਰ ਕੋਈ ਹੋਰ ਸਵਾਲ ਹੋਣ ਤਾਂ ਕਮੈਂਟ ਸੈਕਸ਼ਨ ਵਿੱਚ ਵੀ ਸਾਰੇ ਸਟੂਡੈਂਟਸ ਸਾਡੇ ਨਾਲ ਸ਼ੇਅਰ ਕਰ ਸਕਦੇ ਨੇ ਆਪਣੇ ਸਵਾਲ, ਤਾਂ ਕਿ ਅੱਗੋਂ ਵੀ ਉਹਨਾਂ ਦੇ ਉੱਪਰ ਅਸੀਂ ਹੋਰ ਵੀਡੀਓਜ਼ ਬਣਾ ਸਕੀਏ। ਫਿਲਹਾਲ ਹੀ ਸਾਨੂੰ ਦਿਓ ਜੀ ਇਜਾਜ਼ਤ, ਥੈਂਕ ਯੂ ਸੋ ਮਚ। ਥੈਂਕ ਯੂ।